ਇਨਸ਼ਾਅੱਲਾ ਯਾਰ। ਸਤਿ ਸ੍ਰੀ ਅਕਾਲ ਸਾਰਿਆਂ ਨੂੰ, ਉਦੈਪੁਰ ਟਰੈਵਲ ਦਾ ਦਿਨ ਦੂਜਾ। ਅੱਜ ਆਪਾਂ ਖਾਟੂ ਸ਼ਾਮ ਤੋਂ ਨਿਕਲਣਾ, ਅੱਜ ਮੇਸਰੀ ਪਹੁੰਚਣਾ, ਸਮਾਨ ਸਮੂਨ ਆਪਾਂ ਸਾਰਾ ਬੰਨ ਲਿਆ, ਰੈਡੀ ਕਰ ਲਿਆ, ਲੇਟ ਹੋ ਕੇ ਬ੍ਰੇਕਫਾਸਟ ਕਰ ਲਿਆ ਆਪਾਂ। ਸਰ ਕਿਹੜਾ ਸੀਗਾ? ਸਨਰਾਈਜ਼ ਹੋਟਲ, ਸਨਰਾਈਜ਼ ਸਾਹਮਣੇ ਮੇਲਾ ਚੱਲ ਰਿਹਾ, ਰਵੀ ਰੈਡੀ ਆ। 180 ਕਿਲੋਮੀਟਰ ਹੁਣ ਆਪਾਂ ਨੂੰ ਜ਼ਿਆਦਾ ਨਹੀਂ ਲੱਗ ਰਿਹਾ, 200 ਕਿਲੋਮੀਟਰ ਜਾਣਾ, ਥੋੜ੍ਹਾ ਜਿਹਾ ਬਲ ਪਾ ਕੇ ਜਾਣਾ ਪੈਣਾ, ਇੱਧਰ ਮੇਲਾ ਚੱਲਦਾ ਪਿਆ, ਹੁਣ ਆਪਾਂ ਨੂੰ ਘੁੰਮ ਕੇ ਜਾਣਾ ਪੈਣਾ ਬਾਈਪਾਸ ਕਰਕੇ 20-25 ਕਿਲੋਮੀਟਰ, ਅਤੇ ਜਾਂਦੇ ਹਾਂ ਹੁਣ ਰਸਤੇ 'ਚ ਦਿਖਾਉਂਦੇ ਹਾਂ ਤੁਹਾਨੂੰ। ਪਹਿਲਾਂ ਤਾਂ ਜਾ ਕੇ ਫਿਊਲ ਭਰਵਾਉਣਾ ਵਾ, ਫਿਰ ਜਿਹੜੀ ਟੈਂਕੀ ਆ ਜਿਹੜੀ ਖਤਮ ਹੋਣ ਵਾਲੀ ਆ, 30 ਕਿਲੋਮੀਟਰ ਚੱਲਣਾ ਹੋਰ, ਜਾ ਕੇ ਪੰਪ ਲੱਭੀ ਆ ਰਵੀ ਹੋਏ ਪਹਿਲਾਂ। ਚਲੋ ਜੀ, ਫਿਰ 900 ਰੁਪਏ ਦਾ ਤੇਲ ਪੈਣਾ ਬਸ, ਸ਼ਸਤਰ ਪਾਲਾ ਪਾਲਾ। ਪੈਟਰੋਲ ਪੰਪ ਤੋਂ ਤੇਲ ਪਵਾ ਕੇ ਅਤੇ ਮੈਂ ਆਪਣੀ ਜੈਕਟ ਦੀ ਆਹ ਲਾਈਨਿੰਗ ਲਾ ਰਿਹਾ, ਮੈਂ ਕਿਹਾ ਗਰਮੀ ਬਹੁਤ ਆ ਇੱਥੇ ਯਾਰ, ਗਰਮੀ ਲੱਗ ਰਹੀ ਆ, ਲਾਈਨਰ ਲਾ ਦਈਏ ਫਿਰ ਨਿਕਲਦੇ ਹਾਂ। ਅਤੇ ਰਵੀ ਗਿਆ ਹੋਇਆ ਵਾਸ਼ਰੂਮ, ਉਹਦੀ ਵੇਟ ਕਰ ਰਹੇ ਹਾਂ। ਸਾਹਮਣੇ ਪਹਾੜੀਆਂ ਛੋਟੀਆਂ ਛੋਟੀਆਂ ਵਾ, ਇੱਧਰ ਆ ਨਾ, ਵੱਡੀਆਂ ਨਹੀਂ ਹੈਗੀਆਂ ਰਵੀ। ਉੱਧਰ ਦੇਖੋ ਕਿੰਨੀਆਂ ਭੇਡਾਂ ਹੈਗੀਆਂ, ਭੇਡਾਂ ਮੱਝਾਂ ਹੈ ਨਾ। ਮੈਂ ਤੇ ਰਵੀ ਹੀਰ ਵੇਟ ਕਰਦੇ ਹੋਏ ਕਦੋਂ ਟ੍ਰੇਨ ਆਊਗੀ ਅਤੇ ਕਦੋਂ ਫਾਟਕ ਖੁੱਲੂਗਾ। ਫਾਟਕ 'ਤੇ ਖੜ੍ਹੇ ਹਾਂ, ਉਹ ਨਾ ਮੈਂ ਗੱਲ ਕਰਕੇ ਆਇਆ ਬੰਦੇ ਨਾਲ, ਕਹਿੰਦਾ ਪਹਿਲਾਂ ਤਾਂ ਟ੍ਰੇਨ ਲੰਘਾਵਾਂਗੇ ਜਾਂ ਫਿਰ ਬਾਅਦ 'ਚੋਂ ਇੰਜਨ ਲੰਘਾਉਣਾ, ਗਰਮੀ ਪੂਰੀ ਬਸ ਹੋਈ ਪਈ ਆ ਗਰਮੀ ਦੀ, ਹੈਲਮਟ ਵੀ ਲਾਉਣ ਨੂੰ ਜੀ ਨਹੀਂ ਕਰਦਾ, ਧੁੱਪ ਇੰਨੀ ਆ। ਪੰਜਾਬ ਜਾ ਕੇ ਆਪਣਾ ਕੀ ਹਾਲ ਹੋਣਾ ਵਾ। ਹੈਂ, ਅੱਛਾ ਟ੍ਰੇਨ ਆ ਗਈ, ਆ ਜਾ ਬਈ, ਆ ਜਾ ਆ ਜਾ। ਇਹ ਸਾਲੀ ਸਲੋਅ ਮੋਸ਼ਨ ਬਗੈਰ, ਸਲੋ ਮੋਸ਼ਨ ਅੱਛਾ ਤਾਂ ਕਰਕੇ ਕਿਉਂਕਿ ਇੱਧਰਲੇ ਪਾਸੇ ਹੈਗਾ ਸਾਹਮਣੇ ਸਟੇਸ਼ਨ। ਉਦੈਪੁਰ ਸਿਟੀ ਜੈਪੁਰ, ਅੱਛਾ ਉਦੈਪੁਰ ਤੋਂ ਜੈਪੁਰ ਵਾਲੀ ਟ੍ਰੇਨ ਆ ਇਹ, ਇਹਦੇ 'ਚ ਵੀ ਲੰਘਣਾ ਨਾ ਨਿਤਿਨ ਸਰ ਨੇ ਗੱਲ। ਆਹੋ, ਰੋਟੀ ਰੋਟੀ ਖਾ ਕੇ ਹੁਣ ਆਪਾਂ ਚਾਹ ਵੱਲ ਹੋਏ ਹਾਂ, ਚਾਹ ਦਾ ਔਡਰ ਦਿੱਤਾ ਰਵੀ, ਲੱਗਾ ਹੋਇਆ ਵਾ ਟਵਿੱਟਰ 'ਤੇ ਪੋਸਟ ਪਾਉਣ, ਕਹਿੰਦਾ ਟਵਿੱਟਰ 'ਤੇ ਪਾ ਦਈਏ। ਸਾਹਮਣੇ ਹਾਈਵੇ ਜਾ ਜਾਂਦੇ ਵੱਡੇ ਵੱਡੇ, ਇਹ ਟਰੱਕਾਂ ਵਾਲਾ ਜ਼ਿਆਦਾ ਕੰਮ ਹੈ ਇੱਧਰ, ਅਤੇ ਢਾਬੇ ਵੀ ਜਿੰਨੇ ਸੀਗੇ ਟਰੱਕਾਂ ਵਾਲੇ ਹੀ ਆ। ਪਹਿਲਾਂ ਹੀ ਮੈਕੜੀ ਰੁਕਣ ਲੱਗੇ ਸੀਗੇ, ਪਿੱਛੇ ਮੈਕੜੀ ਹੈਗਾ ਸੀਗਾ, ਪਰ ਉੱਥੇ ਸਿਰਫ ਡਰਾਈਵ ਥਰੂ ਸੀਗਾ, ਆਪਾਂ ਨੂੰ ਬੈਠਣ ਨੂੰ ਜਗ੍ਹਾ ਮਿਲੀ ਨਹੀਂ। ਅਤੇ ਕਿਹਾ ਮੈਂ ਕਿਹਾ ਨਹੀਂ ਯਾਰ, ਥੋੜ੍ਹਾ ਜਿਹਾ ਆਪਾਂ ਰੈਸਟ ਕਰਨੀ ਆ, ਕਿਉਂ ਰਵੀ? ਸਹੀ ਗੱਲ ਆ, ਥੱਕੇ ਪਏ ਸੀ। ਰੈਸਟ ਨਾ ਹੋਵੇ ਤਾਂ ਫਿਰ ਹੁਣ ਆਪਣੀ 1 ਘੰਟੇ ਦੀ ਉਹੀ ਬ੍ਰੇਕ, ਜਿਹੜਾ ਆਪਣਾ ਲੰਚ ਟਾਈਮ ਹੁੰਦਾ ਆਫਿਸ ਦਾ 1 ਤੋਂ 2, ਹੁਣ ਆਪਾਂ ਨਿਕਲਣਾ ਅਜਮੇਰ ਵੱਲ ਨੂੰ। ਅਜਮੇਰ ਹੈ ਗਿਆ 90 ਕਿਲੋਮੀਟਰ, ਇੱਥੋਂ ਸੁਣ ਸਿੱਧੀ ਅਜਮੇਰ ਜਾ ਕੇ ਬ੍ਰੇਕ ਮਾਰਾਂਗੇ, ਉੱਥੇ ਰੂਮ ਲੱਭਾਂਗੇ ਜਾ ਕੇ। ਅਜਮੇਰ ਹੀ ਕਿ ਪੁਸ਼ਕਰ ਦੱਸਣ? ਅਜਮੇਰ ਰੁਕਦੇ ਹਾਂ ਮੱਥਾ ਟੇਕ ਕੇ, ਫਿਰ ਆਪਾਂ ਉੱਦਾਂ ਬਾਈਕ ਲੈ ਕੇ ਚੱਲ ਜਾਵਾਂਗੇ ਪੁਸ਼ਕਰ, ਠੀਕ ਮਾਰ ਕੇ ਵਾਪਸ ਆ। ਠੀਕ ਆ, ਆਪਾਂ ਪਹੁੰਚ ਗਏ ਅਜਮੇਰ ਰੋਇਲ ਐਨਫੀਲਡ ਸ਼ੋਰੂਮ। ਆਪਣੀ ਬਾਈਕ ਦੇ 2-3 ਕੰਮ ਕਰਾਉਣ ਵਾਲੇ ਸੀ, ਇੱਕ ਤਾਂ ਇਹਦੀ ਚੈਨ ਹੋ ਗਈ ਢਿੱਲੀ, ਦੂਸਰਾ ਇਹਦੇ ਹੈਂਡਲ 'ਚੋਂ ਨੋਇਜ਼ ਆ ਰਹੀ ਆ, ਅਤੇ ਤੀਸਰਾ ਇਹਦਾ ਇੰਡੀਕੇਟਰ ਬੰਦ ਹੋ ਗਿਆ, ਇੰਡੀਕੇਟਰ ਬੰਦ ਹੋ ਗਿਆ, ਹੁਣ ਇੱਥੇ ਚੈੱਕਅਪ ਕਰਵਾਉਂਦੇ ਹਾਂ ਇਹਦਾ।
ਤੇ ਫਿਰ ਵੱਧਦੇ ਅੱਗੇ ਨੂੰ। ਵੈਸੇ ਤਾਂ ਆਪਾਂ ਆ ਗਏ ਹਾਂ, 3 ਕਿਲੋਮੀਟਰ ਰਹਿ ਗਿਆ, ਰਵੀ ਰੈਸਟ ਕਰ ਰਿਹਾ ਇੱਧਰ। ਤੇ ਇੱਕ ਇੱਧਰ ਯਾਰ ਹੁਣ ਦਾ ਮਸਲ ਫੁੱਲ ਹੋ ਗਿਆ ਇੱਧਰ, ਹੁਣ ਮਾਲਿਸ਼ ਵਾਲਾ ਲੱਭ ਕੇ ਮਾਲਿਸ਼ ਵਾਲੇ ਕੋਲੋਂ ਫਿਰ ਪੱਟੀ ਹੀ ਲਵਾ ਲਵਾਂਗੇ। ਫਿਰ ਅੱਜ ਤਾਂ ਇੱਥੇ ਹੀ ਆ, ਹੁਣ ਹੋਟਲ ਲੱਭਣਾ ਫਿਰ ਰੈਸਟ ਕਰਨੀ ਆ। ਕਹਿੰਦੇ ਨਹੀਂ ਰਵੀ, ਟੋਪ ਬੋਕਸ ਲਾ ਤਾ ਆਪਾਂ, ਬੈਗ ਬੁਕਸ ਆਪਣੇ ਇੱਥੇ ਪਿਆ, ਹੁਣ ਦੁਬਾਰਾ ਫਿੱਟ ਕਰਾਂਗੇ। ਕਹਿੰਦੇ ਅੱਧਾ ਘੰਟਾ ਘੰਟਾ ਲੱਗ ਜਾਣਾ ਤੁਹਾਨੂੰ। ਬਾਈਕ ਆਪਣੀ ਦਾ ਹੋ ਗਿਆ ਕੰਮ, ਅਤੇ ਆਪਣੇ ਮਤਲਬ ਜੋ ਵੀ ਬਿੱਲ ਬਣਿਆ ਸੀ ਨਾ, ਉਹ ਇਹਨਾਂ ਨੇ ਬਿੱਲ ਮੇਰੇ ਤੋਂ ਲਿਆ ਨਹੀਂ, ਤਾਂ ਉਹ ਬਿੱਲ ਜਿਨ੍ਹਾਂ ਨੇ ਨਹੀਂ ਲਿਆ ਕਰੀ ਮੈਂ ਉਹਨਾਂ ਕਹਿ ਦੇਣਾ ਥੈਂਕ। ਭਾਅ ਜੀ ਕਿੱਥੇ ਗਏ? ਥੈਂਕ ਯੂ ਯਾਰ, ਇਹ ਬੰਦਿਆਂ ਨੇ ਨਾ ਬਿੱਲ ਨਹੀਂ ਲਿਆ ਮੇਰੇ ਤੋਂ, ਉਹਨਾਂ ਨੂੰ ਵੀ ਬੁਲਾਇਓ। ਸੇਲਸ ਮੈਨੇਜਰ, ਥੈਂਕ ਯੂ ਸੋ ਮੱਚ। ਇਹ ਕਾਹ ਵਾਲੇ ਭਾਅ ਜੀ ਆ, ਹੈ ਨਾ, ਬਿੱਲ ਲੈਣ ਤੋਂ ਮਨਾ ਕਰਤਾ, ਮਜ਼ਾ ਹੀ ਆ ਗਿਆ। ਬਾਏ। ਅਜਮੇਰ ਪਹੁੰਚ ਗਏ ਆਪਾਂ, ਕਿਆ ਖੂਬਸੂਰਤ ਪੁਰਾਣੇ ਘਰ ਆ ਇੱਥੇ। ਆ ਸਾਹਮਣੇ ਆਪਣਾ ਹੋਟਲ ਆ, ਹੋਟਲ ਰੀਗਲ ਰਿਜ਼ੋਰਟ ਐਂਡ ਕੈਫੇ, ਹੋਟਲ ਬੜਾ ਘੈਂਟ ਬਣਿਆ ਹੋਇਆ। ਮੈਂ ਗਿਆ ਸੀਗਾ ਹੁਣੇ ਮੈਡੀਸਿਨ ਲੈਣ, 6 ਗੋਲੀਆਂ ਲਿਆਉਂਦੀਆਂ ਆਪਾਂ ਕੋਲਡ ਅਤੇ ਕੱਫ ਦੀਆਂ। ਅੰਦਰ ਵਧੀਆ ਬਣਿਆ ਹੋਇਆ, ਪਾਰਕਿੰਗ ਵੀ ਵਧੀਆ, ਆਪਣਾ ਮੋਟਰਸਾਈਕਲ ਉਹ ਸਾਹਮਣੇ ਥੱਲੇ ਪਾਰਕਿੰਗ 'ਚ ਲੱਗ ਗਿਆ। ਇੱਧਰ ਰੈਸਟੋਰੈਂਟ ਆ, ਇੱਧਰਲੀ ਸਾਈਡ ਕੈਫੇ ਆ, ਅਤੇ ਇੱਧਰ ਲਿਫਟ ਆ, ਹੁਣ ਜਾਈਏ ਉੱਪਰ। ਆਹ ਰੂਮ ਆਪਣਾ ਕੱਲ੍ਹ ਨਾਲੋਂ ਵਧੀਆ ਆ, ਕੱਲ੍ਹ ਵੀ ਵਧੀਆ ਸੀਗਾ, ਕੱਲ੍ਹ ਉਹ ਹੈ ਨਹੀਂ ਸੀ ਸੈੱਟ ਜੇ ਨਾਲ, ਇਹ ਵਾਲਾ ਵਧੀਆ। ਬਾਅਦ ਦਵਾਈ ਖਾਈਏ ਅਤੇ ਲੰਮੇ ਪਈਏ। ਕੱਪੜੇ ਕੁੱਪੜੇ ਚੇਂਜ ਕਰਕੇ ਹੁਣ ਯਾਰ ਹੁਣੇ ਚੱਲੇ ਆ ਸਾਈਟ ਸੀਨ ਕਰਨ। ਆਹ ਇੱਕ ਪਾਰਕ ਹੈਗੀ ਇੱਥੇ ਲੱਗ ਗਈ, ਨਾਲ ਲੇਕ ਆ, ਉੱਥੋਂ ਤਾਂ ਦੇਖਦੇ ਹਾਂ ਵਿਊ। ਅਤੇ ਅਜਮੇਰ ਸ਼ਰੀਫ ਸਵੇਰੇ ਮੱਥਾ ਟੇਕਾਂਗੇ, ਹੁਣ ਪਲੈਨ ਹੁਣ ਆਪਣਾ ਇਹ ਹੋਇਆ ਕਿ ਸਵੇਰੇ ਮੱਥਾ ਟੇਕਾਂਗੇ, ਕਿਉਂਕਿ ਕੱਲ੍ਹ ਹੈਗਾ ਵੀਰਵਾਰ। ਕਿਉਂ ਰਵੀ? ਇਹ ਸਹੀ ਗੱਲ ਆ ਜੀ, ਸਹੀ ਗੱਲ ਆ। ਹਾਂ ਸਵੇਰੇ ਅਰਲੀ ਮੋਰਨਿੰਗ ਮੱਥਾ ਟੇਕਾਵਾਂਗੇ ਅਤੇ ਫਿਰ ਆਪਾਂ ਨਿਕਲ ਜਾਣਾ ਅੱਗੇ ਨੂੰ, ਹੁਣ ਚੱਲਦੇ ਹਾਂ ਬਾਹਰ। ਰਾਤ ਨੂੰ ਘੁੰਮਣ ਦਾ ਵੀ ਆਪਣਾ ਸੁਭਾਅ ਆ, ਰਾਤ ਦੀ ਜਿਹੜੀ ਬਿਊਟੀ ਆ ਨਾ, ਉਹ ਰਾਤ ਨੂੰ ਦੇਖਣ ਦਾ ਮਜ਼ਾ ਆਉਂਦਾ, ਇੰਨਾ ਸੋਹਣਾ ਬਣਾਇਆ ਹੋਇਆ। ਹਾਂ ਮੰਦਰ ਆ, ਇੱਧਰ ਨੂੰ ਚੱਲੇ ਹਾਂ ਆਪਣਾ। ਪਹਿਲਾਂ ਆਪਾਂ ਹੋਟਲ ਉਹ ਵਾਲਾ ਲੈਣ ਲੱਗੇ ਸੀ, ਪਹਿਲਾਂ ਹੀ ਮਿਲ ਗਿਆ। ਪਾਰਕ ਦੇਖਣ ਚੱਲੇ ਹਾਂ ਆਪਣਾ, ਰਾਤ ਗੋਲਗੱਪੇ ਵਾਲਾ ਮਿਲ ਗਿਆ, ਥੋੜ੍ਹੇ ਜਿਹੇ ਗੋਲਗੱਪੇ ਖਾਵਾਂਗੇ। ਹੁਣ ਆਪਾਂ ਚੱਲੇ ਹਾਂ ਪਾਰਕ, ਵੈਸੇ ਤਾਂ ਪਾਰਕ ਦੇਖਣ ਦਾ ਤਾਂ ਨਜ਼ਾਰਾ ਦੇਣੇ ਸੀ, ਪਰ ਆਪਾਂ ਹੁਣ ਦੇਖ ਲੈਂਦੇ ਹਾਂ। ਇੱਧਰ ਸਾਹਮਣੇ ਲੇਕ ਵੀ ਹੈਗੀ ਆ, ਉਹ ਤਾਂ ਗੋਲਗੱਪੇ ਖਾਧੇ ਆਪਾਂ। ਰਵੀ ਆ ਜਾ, ਟਿਕਟ ਚੌਂਕ ਸੋਹਣੇ ਇੱਥੋਂ ਦੇ, ਚੌਂਕ ਸੋਹਣੇ ਦਾ ਕਾਰਨ ਇਹ ਆ, ਮਤਲਬ ਹਰੇਕ ਚੌਂਕ ਜਿੱਦਾਂ ਦਾ ਕੁਛ ਬਣਾਇਆ ਹੋਇਆ ਇਹਨਾਂ ਨੇ। ਇੱਧਰ ਮੇਰੇ ਖਿਆਲ ਸਰਕਟ ਹਾਊਸ ਆ, ਟੈਂਟ ਖਿਲਾ ਰਿਹਾ ਕਿੱਡਾ। ਉਹ ਲੈ ਰਵੀ ਇੱਧਰ ਆ, ਉਹ ਸਾਰੀ ਚਪਾਟੀ ਵਗੈਰਾ, ਖਾਣ ਪੀਣ ਦਾ ਸਾਰਾ ਸਮਾਨ ਇੱਧਰ ਆ। ਆਪਾਂ ਆਏ ਹਾਂ ਇੱਧਰੋਂ, ਯਾਦ ਰੱਖੀ। ਰਵੀ ਜੀ ਮਾਰੀ ਗੱਡੀ ਉਹਨੇ ਆ, ਰਾਤੀ ਘੁੰਮਦੇ ਮਤਲਬ ਆਪਾਂ ਆ ਗਏ ਹਾਂ ਲੇਕ, ਅਤੇ ਲੇਕ ਦੇਖਣੀ ਸੀ, ਅੰਨਾ ਸਾਗਰ ਲੇਕ ਵਿਊ ਦਿਖਾਉਣਾ ਤੁਹਾਨੂੰ। ਕਿਆ ਬਾਤ ਹੈ ਯਾਰ, ਮਤਲਬ ਵਾਟਰਫੋਲ ਚੱਲ ਰਿਹਾ, ਵਾਟਰਫੋਲ ਕਹਿ ਰਿਹਾ, ਫਾਊਂਟੇਨਸ ਚੱਲ ਰਹੇ ਆ ਇੱਥੋਂ, ਵਿਊ ਬੜਾ ਘੈਂਟ ਦਿਖਦਾ ਵਾ। ਪਾਣੀ ਮੈਨੂੰ ਲੱਗਦਾ ਸਾਫ਼ ਨਹੀਂ ਹੋਊਗਾ, ਸਵੇਰੇ ਪਤਾ ਲੱਗੂਗਾ, ਪਾਣੀ ਸਾਫ਼ ਨਹੀਂ ਹੈਗਾ ਪਰ ਵਿਊ ਬਹੁਤ ਸੋਹਣਾ। ਰਵੀ ਵਧੀਆ ਹੋ ਗਿਆ ਨਾ, ਬਹੁਤ ਨਜ਼ਾਰਾ।
ਘੁੰਮਦੇ ਘੁੰਮਾਉਂਦੇ ਅਸੀਂ ਆ ਗਏ ਹਾਂ ਸਿਗੜੀ ਡੋਸਾ, ਇੱਥੋਂ ਖਾਵਾਂਗੇ ਡੋਸਾ। ਆਇਆ ਯਾਰ ਤਵੀ, ਆਹ ਇੱਕ ਲੱਗ ਗਿਆ ਮਸੂਰ ਮਸਾਲਾ, ਇੱਕ ਆਹ ਆਪਣੇ ਵਾਲਾ ਲੱਗ ਗਿਆ ਬਟਰ ਮਸਾਲਾ। ਇੰਨੇ ਖਾਣੀ ਹੈ ਇਡਲੀ, ਇਹ ਪਹਿਲਾਂ ਕਹਿੰਦਾ ਸੀ ਆਹ ਖਾਣਾ ਵਾ ਪਾਓ ਭਾਜੀ। ਡੋਸੇ ਦੀਆਂ ਵਰਾਇਟੀਆਂ ਚੈੱਕ ਕਰੋ, ਉਹ ਪਤਾ ਨਹੀਂ ਨਿਊਡਲ ਵਾਲਾ, ਇੱਕ ਆਹ ਆਪਣਾ ਉਹ ਵਾਲਾ ਲੱਗਾ ਬਟਰ ਯਾਰ। ਇੱਧਰ ਬੈਡ ਰੱਖਦੇ, ਇਹ ਆਪਣੀਆਂ ਚੱਲੀਆਂ ਇਡਲੀਆਂ, ਵਰਾਇਟੀਆਂ ਵਾਹ ਵਾਹ ਕਾਫੀ ਆ। ਪਾਓ ਭਾਜੀ ਕੰਬੀਨੇਸ਼ਨ ਡੋਸਾ, ਪਾਓ ਭਾਜੀ ਪਨੀਰ ਡੋਸਾ, ਵਾਹ 99 ਵਰਾਇਟੀਜ਼। ਇਡਲੀ ਖਾ ਕੇ ਪਤਾ ਲੱਗਾ ਇਹਦਾ ਯਾਰ, ਜਿੱਦਾਂ ਮਤਲਬ ਵਧੀਆ ਵਾ, ਜਿੱਦਾਂ ਆਪਣੇ ਉੱਧਰ ਨਹੀਂ ਹੁੰਦਾ ਨਿਊਟਰੀ ਕੁਲਚਾ, ਸੇਮ ਉੱਦਾਂ ਦੀ ਆ ਟੇਸਟ ਇਹਦਾ। ਓਏ ਹੋਏ ਹੋਏ, ਮੈਂ ਕਹਿੰਦਾ ਮੱਖਣ ਵਾ ਪੂਰਾ, ਮਜ਼ਾ ਹੀ ਆ ਗਿਆ। ਰਵੀ ਨੂੰ ਆਪਾਂ ਭੇਜਤਾ ਕੋਲਡ ਡਰਿੰਕ ਲੈਣ, ਉਹ ਗਿਆ ਤੇ ਡੋਸਾ ਪੜ ਕੇ ਲਿਆਊਗਾ, ਵਧੀਆ ਕੰਮ। ਇੱਧਰ ਸਾਹਮਣੇ ਲੇਕ ਜਿਹੜੀ ਆਪਾਂ ਘੁੰਮ ਆਏ ਹਾਂ, ਇਹ ਲੇਕ ਆਪਾਂ ਘੁੰਮ ਆਏ। ਇੱਧਰੋਂ ਆਪਾਂ ਆਏ ਹਾਂ ਡੋਸਾ ਖਾ ਕੇ, ਤਾਂ ਰਵੀ ਭਾਜੀ ਹੁਣੀ ਕਹਿੰਦੇ ਆ ਕਿ ਆਪਣਾ ਜਲੇਬੀਆਂ ਵੀ ਖਾਣੀਆਂ ਵਾ, ਅਤੇ ਇਹ ਇਕੱਲੇ ਜਲੇਬੀਆਂ ਵਾਲਾ ਹੀ ਆ। ਇੱਧਰ ਆਪਣਾ ਹੋਟਲ ਆ, ਜਲੇਬੀਆਂ ਗਰਮ ਆ ਗਰਮ, ਵਾਹ। ਰਵੀ ਮੇਰੇ ਨਾਲ ਸੈਰ ਕਰਦਾ ਹੈ, ਆਪਾਂ ਲੈ ਲਿਆ ਦਿੱਲੀ ਗੇਟ ਲਈ ਆਟੋ, ਨਾਲ ਦੋ ਆ ਵੀਰ ਹੁਣੀ ਮਿਲ ਗਏ ਆ। ਦਿੱਲੀ ਗੇਟ ਉੱਤਰ ਗਏ ਆਪਾਂ, ਫਿਰ ਬੱਸ ਬਾਹਰੋਂ ਦੇਖਣੀ ਆ ਅਜਮੇਰ ਸ਼ਰੀਫ ਜਗ੍ਹਾ। ਸਮਾਨ ਜਿਹਾ ਲੈਣਾ ਉੱਥੋਂ ਮਾਰਕੀਟ ਦੇ ਵਿੱਚੋਂ, ਸਮਾਨ ਲੈਂਦੇ ਹਾਂ ਮਾਰਕੀਟ 'ਚੋਂ। ਬਿਰਿਆਨੀ ਗਈ ਹੋਈ ਹੈਦਰਾਬਾਦ ਦੀ, ਸੁਰਜੀਤ ਬਹੁਤ ਯਾਦ ਕਰਦਾ। ਆਪਾਂ ਆ ਗਏ ਹਾਂ ਹੁਣ ਆਟੋ ਤੋਂ ਉੱਤਰ ਕੇ ਦਰਗਾਹ ਵਾਲੇ ਬਾਜ਼ਾਰ 'ਚ। ਅੱਗੇ ਤੱਕਰ ਨਹੀਂ ਲੈ ਕੇ ਆਉਂਦੇ, ਪਿੱਛੇ ਰੋਕ ਲੈਂਦੇ ਆ, ਜਿੱਦਾਂ ਦਰਬਾਰ ਸਾਹਿਬ ਵੀ ਅੱਗੇ ਤੱਕਰ ਨਹੀਂ ਜਾਣ ਦਿੰਦੇ, ਉੱਦਾਂ ਹੀ ਆ ਸਾਰਾ ਹਿਸਾਬ 'ਤੇ ਆ, ਉੱਦਾਂ ਹੀ ਆ ਸਾਰੀ ਗਲੀ। ਅਸੀਂ ਵੈਸੇ ਜਦੋਂ ਬਾਈਕ 'ਤੇ ਇੱਧਰੋਂ ਲੰਘ ਕੇ ਗਏ ਹਾਂ ਉਦੋਂ, ਪਰ ਆਪਣਾ ਸੀਗਾ ਕਿ ਪਹਿਲਾਂ ਹੋਟਲ ਪਹੁੰਚੀਏ। ਇਹ ਮੇਨ ਗਲੀ ਆ, ਉਹ ਸਾਹਮਣੇ ਦਰਗਾਹ ਆ, ਫੋਕਸ ਹੋ ਜਾ। ਜਮੀਰ ਸ਼ਰੀਫ ਜਗ੍ਹਾ, ਦਰਗਾਹ ਵਾਲੀ ਮਾਰਕੀਟ ਘੁੰਮਦੇ ਘੁੰਮਦੇ ਜਦੋਂ ਅਸੀਂ ਵਾਪਸ ਚੱਲੀ, ਆਪਣਾ ਮੂਡ ਬਣ ਗਿਆ ਕਿ ਆਹ ਫਰੂਟ ਖਾਧੇ ਜਾਣ, ਅਤੇ ਸੱਚੀ ਬਾਹ ਦੇਖ ਲਾ ਇੱਦਾਂ ਕਟਾ ਕੇ ਲਿਆਈਦਾ ਹੁੰਦਾ, ਤੂੰ ਸਹੀ ਤਰੀਕੇ ਨਾਲ ਨਹੀਂ ਕਟਾ ਕੇ ਲਿਆਉਂਦਾ। ਰਵੀ ਤੂੰ ਲਿਆਂਦਾ ਸੀ ਸੱਚ, ਹੈ ਨਾ? ਸੱਚੀ ਤਾਂ ਕਹਿੰਦਾ ਮੈਂ ਤਾਂ ਵਧੀਆ ਤਰੀਕੇ ਨਾਲ ਕਟਾ ਕੇ ਲਿਆਊਂਗਾ। ਖਾਣ ਦਾ ਮਤਲਬ ਰੱਖੋ ਵੀਰ ਜੀ, ਕਟਾਉਣ ਨਾਲ ਮੂੰਹ 'ਚ ਛਾਲੇ ਹੋ ਜਾਂਦੇ ਆ। ਹਾਂਜੀ ਹਾਂਜੀ, ਬਾਹਰ ਮਾਰਕੀਟ ਆ ਉੱਧਰਲੇ ਬੱਸ ਆਪਾਂ ਆਏ, ਐਂਟਰੀ ਕਰ ਲਈ ਆ, ਹੁਣ ਇਹ ਮੇਨ ਗੇਟ ਆ। ਇੱਥੋਂ ਅੰਦਰ ਜਾ ਕੇ ਮੇਰੇ ਖਿਆਲ ਕਾਫੀ ਅੰਦਰ ਜਾਣਾ ਪੈਂਦਾ। ਅੰਕਲ ਕਿਤਨੀ ਅੱਗੇ ਜਾ ਕੇ ਆ ਦਰਗਾਹ, ਥੋੜ੍ਹਾ ਜਿਹਾ ਅੱਗੇ ਜਾ ਕੇ ਦਰਗਾਹ ਆ, ਦੇਖਦੇ ਹਾਂ। ਰਵੀ ਕਰ ਰਿਹਾ ਆ ਸਮਾਨ ਸਮੂਨ ਲੈ ਰਿਹਾ, ਚਾਦਰ ਚੁਦਰ ਚੜ੍ਹਾਉਣ ਨੂੰ। ਰਵੀ ਦਾ ਬੜੇ ਟਾਈਮ ਦਾ ਮਨ ਸੀ, ਜਦੋਂ ਆਪਾਂ ਜੈਪੁਰ ਆਏ ਸੀ ਉਦੋਂ ਵੀ ਰਵੀ ਕਹਿੰਦਾ ਪਿਆ ਸੀ, ਹੈ ਰਵੀ? ਮੈਂ ਕਿਹਾ ਜਦੋਂ ਜੈਪੁਰ ਆਏ ਸੀ ਉਦੋਂ ਵੀ ਰਵੀ ਕਹਿੰਦਾ ਸੀਗਾ। ਚੱਲ ਆ ਗਿਆ
ਉਹ ਕਰ ਲਈ ਗੱਲ ਕੀ ਕਹਿੰਦੇ ਸਕੂਨ ਆ ਸ਼ਾਂਤੀ ਆ ਅਸੀਂ ਸਵੇਰੇ ਸਵੇਰੇ ਟਾਈਮ ਸਿਰ ਆ ਗਏ ਹਾਂ ਅੰਤਰ ਵੀ ਸ਼ੋਪ 'ਚ ਹੈਗੀਆਂ ਵੈਸੇ ਆਪਾਂ 6 ਵਜੇ ਆਉਣਾ ਸੀਗਾ ਪਰ ਆਪਾਂ ਨੂੰ 7 ਵਜ ਗਿਆ ਰਵੀ ਭਾਅ ਜੀ ਹੁਣੀ ਅੱਗੇ ਅੱਗੇ ਮੌਲਵੀ ਜੀ ਦੇ ਨਾਲ ਨਾਲ ਇੱਕ ਦਰਗਾਹ ਉੱਪਰ ਵੀ ਹੈਗੀ ਆ ਚੋਟੀ 'ਤੇ ਬਾਹਰ ਬਾਹਰ ਮਸਜਿਦ 'ਤੇ ਵੀਡੀਓ ਬਣਾ ਸਕਦੇ ਅੰਦਰ ਵੀਡੀਓ ਅਲਾਊਡ ਨਹੀਂ ਹੈਗੀ ਅਸੀਂ ਆ ਗਏ ਮੱਥਾ ਟੇਕ ਕੇ ਬਾਹਰ ਹੁਣ ਚੱਲੇ ਹਾਂ ਆਪਾਂ ਵਾਪਸ ਇਹ ਇੱਧਰਲੇ ਪਾਸੇ ਜਿੱਧਰ ਮੈਂ ਜ਼ੂਮ ਕੀਤਾ ਇੱਧਰਲੇ ਪਾਸੇ ਦੇਗ ਆ ਇੱਧਰ ਵੀ ਦੇਗ ਹੀ ਆ ਇਹ ਦੇਗ 'ਚ ਮਤਲਬ ਚੜਾਵਾ ਵਗੈਰਾ ਚੜ੍ਹਦਾ ਆ ਅਤੇ ਰਾਸ਼ਨ ਜਿਹੜਾ ਵੀ ਦੇਗ ਇਹਨਾਂ ਦੀ ਬਣਦੀ ਆ ਇੱਥੇ ਉਹ ਚੜ੍ਹਾਉਂਦੇ ਆ ਅਤੇ ਇਹ ਦੇਗ ਜਦੋਂ ਵੀ ਇੱਥੇ ਬਣਦੀ ਆ ਤਾਂ 2 ਲੱਖ ਰੁਪਏ ਦਾ ਖਰਚਾ ਆਉਂਦਾ ਐਡੀ ਵੱਡੀ ਦੇਗ ਸੀਗੀ 2 ਲੱਖ ਦਾ ਖਰਚਾ ਸਾਰੀ ਦੇਗ ਬਣਾਉਣ ਦੇ ਵਿੱਚ ਇਹ ਤਾਂ ਵੈਸੇ ਕਹਿੰਦੇ ਆ ਕਿ ਜਿੱਦਾਂ ਵੀਰਵਾਰ ਦੇ ਵੀਰਵਾਰ ਬਣਦੀ ਅੱਜ ਵੀਰਵਾਰ ਆ ਪਰ ਜੇ ਕਿਸੇ ਦੀ ਮੰਨਤ ਪੂਰੀ ਹੋ ਗਈ ਤਾਂ ਉਹ ਆਪ ਵੀ ਆ ਕੇ ਇੱਥੇ ਦੇਗ ਕਿਸੇ ਵੀ ਦਿਨ ਬਣਵਾ ਸਕਦਾ ਇਹ ਹੁਣ ਬਾਹਰ ਜਾਣ ਦਾ ਰਸਤਾ ਮਤਲਬ ਜਿੱਦਾਂ ਹੁਣ ਰਵੀ ਦੀ ਮੰਨਤ ਜੇ ਪੂਰੀ ਹੋ ਜਾਵੇ ਫਿਰ ਇਹ ਆ ਕੇ 2 ਲੱਖ ਰੁਪਈਆ ਆਪ ਖਰਚੂਗਾ ਅਤੇ ਦੇਗ ਬਣਵਾਊਗਾ ਕਿ ਨਹੀਂ ਚਲੋ ਜੀ ਅਸੀਂ ਆ ਗਏ ਹਾਂ ਬਾਹਰ ਅਤੇ ਚੱਪਲਾਂ ਲਈਏ ਇੱਥੇ ਪਈਆਂ ਸੀ ਚੱਪਲਾਂ ਚੱਲ ਠੀਕ ਆ ਰਵੀ ਇਹਦੇ ਨਾਲ ਹੀ ਆਪਾਂ ਅਜਮੇਰ ਸ਼ਰੀਫ ਵਾਲਾ ਜਿਹੜਾ ਵਲੋਗ ਆ ਉਹਦੀ ਐਂਡਿੰਗ ਕਰ ਰਹੇ ਹਾਂ ਆਪਾਂ ਮਿਲਦੇ ਹਾਂ ਹੁਣ ਅੱਜ ਵੈਸੇ ਆਪਾਂ ਚੱਲੇ ਹਾਂ ਉਦੈਪੁਰ ਅਜਮੇਰ ਤੋਂ ਉਦੈਪੁਰ ਤਾਂ ਉਹ ਵਾਲਾ ਹੁਣ ਅਗਲਾ ਵਲੋਗ ਹੋਊਗਾ ਉਹਦੇ 'ਚ ਮਿਲਦੇ ਹਾਂ ਬਾਏ ਬਾਏ ਹਟ ਜਾਓ